हेलो स्टूडेंट्स वेलकम टू एरिडिशन स्टडीज एरिडिशन स्टडीज ਦੇ ਅਫੀਸ਼ੀਅਲ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਸੈਸ਼ਨ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ 7th ਜੂਨ 2021 ਦੇ ਸਾਰੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਅੱਜ ਦੀ ਡੇਟ ਦੇ ਵਿੱਚ ਹੀ ਤੁਹਾਨੂੰ 6th ਆਫ ਜੂਨ 2021 ਦੇ ਕਰੰਟ ਅਫੇਅਰ ਦਾ ਸੈਸ਼ਨ ਵੀ ਮਿਲਿਆ ਹੋਵੇਗਾ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲੈਣਾ ਇੱਕ ਦਿਨ ਦੇ ਵਿੱਚ ਦੋ ਸੈਸ਼ਨ ਇਸ ਲਈ ਪ੍ਰੋਵਾਈਡ ਕੀਤੇ ਗਏ ਆ ਕਿਉਂਕਿ ਤੁਹਾਨੂੰ ਪਤਾ ਹੈ ਆਪਣੀ ਇੱਕ ਪੈਂਡੈਂਸੀ ਚੱਲ ਰਹੀ ਸੀ ਵਨ ਡੇ ਦੀ ਉਹ ਕਿਸ ਲਈ ਜਿਸ ਦਿਨ ਵੀਡੀਓ ਨੂੰ ਅਪਲੋਡ ਕਰਨ ਦੇ ਵਿੱਚ ਪ੍ਰੋਬਲਮ ਆਈ ਸੀ ਰਾਈਟ ਤਾਂ ਉਸੇ ਪੈਂਡੈਂਸੀ ਨੂੰ ਕਲੀਅਰ ਕਰਨ ਦੇ ਲਈ 6th ਐਂਡ 7th ਜੂਨ ਦੇ ਜੋ ਕਰੰਟ ਅਫੇਅਰ ਆ ਉਹ ਅੱਜ ਦੇ ਡੇਟ ਦੇ ਵਿੱਚ ਪ੍ਰੋਵਾਈਡ ਕਰ ਦਿੱਤੇ ਗਏ ਆ ਹੁਣ ਕੱਲ ਤੋਂ ਕੀ ਹੋਏਗਾ ਆਪਾਂ ਨੂੰ ਸੇਮ ਡੇਟ ਦੇ ਹੀ ਕਰੰਟ ਅਫੇਅਰ ਜੋ ਹੈ ਡੇਲੀ ਮਿਲਣਾ ਸਟਾਰਟ ਹੋ ਜਾਣਗੇ ਐਂਡ ਆਈਲ ਟ੍ਰਾਈ ਕਿ ਆਪਾਂ ਕੱਲ ਤੋਂ ਹੀ ਇੱਕ ਪ੍ਰੋਪਰ ਟਾਈਮ ਸੈੱਟ ਕਰ ਲਈਏ ਕਿ ਇਸ ਟਾਈਮ ਦੇ ਉੱਪਰ ਤੁਹਾਨੂੰ ਜੋ ਕਰੰਟ ਅਫੇਅਰ ਦਾ ਸੈਸ਼ਨ ਹੋ ਮਿਲ ਜਾਏਗਾ ਸੋ ਥੈਟ ਕਿ ਤੁਸੀਂ ਆਪਣਾ ਟਾਈਮ ਟੇਬਲ ਉਸ ਦੇ ਅਕੋਰਡਿੰਗ ਸੈੱਟ ਕਰ ਸਕੋ ਰਾਈਟ ਔਰ ਇਸਦੀ ਅਨਾਉਂਸਮੈਂਟ ਜੋ ਟਾਈਮ ਦੀ ਅਨਾਉਂਸਮੈਂਟ ਹੈ ਇਹ ਮੈਂ ਤੁਹਾਨੂੰ ਕੱਲ ਦੇ ਸੈਸ਼ਨ ਦੇ ਵਿੱਚ ਕਰ ਦੂੰਗੀ 올 ਰਾਈਟ ਔਰ ਦੂਸਰੀ ਗੱਲ ਅਗਰ ਤੁਸੀਂ ਦੇਖਣਾ ਹੋਵੇ ਨੋਟੀਫਿਕੇਸ਼ਨਸ ਦੇ ਲਈ ਤਾਂ ਪਲੀਜ਼ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਕਿਉਂਕਿ ਤੁਹਾਨੂੰ ਫਿਰ ਨਾਲੇ ਨਾਲ ਨੋਟੀਫਿਕੇਸ਼ਨ ਆ जाया ਕਰੇਗਾ ਜਦੋਂ ਵੀ ਇਹਦੇ ਉੱਪਰ ਕਰੰਟ ਅਫੇਅਰ ਦੀ ਜੋ ਵੀਡੀਓ ਹੈ ਅਪਲੋਡ ਹੋਏਗੀ ਓਕੇ ਔਰ ਕਰੰਟ ਅਫੇਅਰ ਐਦਾਂ ਦੀ ਚੀਜ਼ ਹੈ ਬੱਚਾ ਜਿਹੜੀ ਡੇਲੀ ਜੋ ਹੈ ਉਹ ਪਲੱਸ ਹੁੰਦੀ ਜਾਂਦੀ ਹੈ ਓਕੇ ਤਾਂ ਇਸ ਲਈ ਪਲੀਜ਼ ਕਰੰਟ ਅਫੇਅਰ ਦੇ ਸੈਸ਼ਨ ਨੂੰ ਮਿਸ ਨਾ ਕਰਿਆ ਕਰੋ ਡੇਲੀ ਕਰੋਗੇ ਤਾਂ ਸਿਰਫ 10 ਤੋਂ 12 ਕੁਐਸਚਨਸ ਬੰਦੇ ਆ ਮੈਕਸਿਮਮ ਕਈ ਵਾਰੀ 9 ਵੀ ਹੋ ਜਾਂਦੇ ਆ ਓਕੇ ਬਟ ਜੇ ਤੁਸੀਂ ਇਹਨੂੰ ਇਕੱਠਾ ਕਰਦੇ ਜਾਓਗੇ ਤਾ ਇੱਕ ਮੰਥ ਦੇ ਵਿੱਚ ਤੁਹਾਡੇ ਇੰਨੇ ਜ਼ਿਆਦਾ ਹੋ ਜਾਣਗੇ ਕਿ ਐਂਡ ਤੇ ਤੁਹਾਨੂੰ ਲੱਗੇਗਾ ਕਿ ਵਨ ਲਾਈਨਰ ਕਰੋ ਔਰ ਪਰੇ ਮਾਰੋ ਹੈਨਾ ਔਰ ਵਨ ਲਾਈਨਰ ਦੇ ਨਾਲ ਕਦੀ ਵੀ ਤੁਸੀਂ ਐਗਜ਼ਾਮ ਪੁਆਇੰਟ ਆਫ 뷰 ਦੇ ਨਾਲ ਤਿਆਰੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਰੇਅਰ ਹੁੰਦਾ ਹੈ ਕਿ ਜਿੱਦਾਂ ਆਪਾਂ ਵਨ ਲਾਈਨਰ ਯਾਦ ਕੀਤਾ ਉਦਾਂ ਹੀ ਕੁਐਸਚਨ ਆ ਜੇ ਕਈ ਵਾਰ ਤੁਹਾਨੂੰ ਘੁਮਾ ਕੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਸ ਲਈ ਡੇਲੀ ਕਰੰਟ ਅਫੇਅਰ ਦਾ ਜਿਹੜਾ ਸੈਸ਼ਨ ਹੁੰਦਾ ਹੈ ਉਹਦੇ ਵਿੱਚ ਆਪਾਂ ਨੂੰ ਡਿਟੇਲ ਮਿਲ ਜਾਂਦੀ ਹੈ ਰਾਈਟ ਇਸ ਲਈ ਪਲੀਜ਼ ਇਹਨੂੰ ਕਦੀ ਵੀ ਮਿਸ ਨਾ ਕਰਿਆ ਕਰੋ ਇਹ ਤੁਹਾਡੇ ਲਈ ਹੀ ਇੰਪੋਰਟੈਂਟ ਹੈ ਓਕੇ ਤਾਂ ਸਟਾਰਟ ਕਰਦੇ ਆ 7th ਆਫ ਜੂਨ ਦਾ ਕਰੰਟ ਅਫੇਅਰ ਸੈਸ਼ਨ ਫਸਟ ਕੁਐਸਚਨ ਦੇਖਦੇ ਆ ਪੰਜਾਬ ਗਵਰਨਮੈਂਟ ਹੈਜ਼ ਰੀਸੈਂਟਲੀ ਲਾਂਚਡ ਵਿਚ ਸਕੀਮ ਫॉर ਔਮਨ ਐਂਪਾਵਰਮੈਂਟ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਸਕੀਮ ਲਾਂਚ ਕੀਤੀ ਹੈ ਠੀਕ ਹੈ ਕਿਸ ਲਈ ਔਰਤਾਂ ਦੇ ਭਲਾਈ ਵਾਸਤੇ ਉਹਨਾਂ ਦੇ ਐਂਪਾਵਰਮੈਂਟ ਦੇ ਲਈ ਤਾਂ ਇਸ ਸਕੀਮ ਦਾ ਨਾਮ ਕੀ ਰਹੇਗਾ ਇਹ ਹੋ ਜਾਏਗੀ ਉਡਾਂਸ ਸਕੀਮ ਓਕੇ ਤਾਂ ਇਸ ਸਕੀਮ ਦੀ ਜੋ ਕੋਸ਼ਨਾ ਹੈ ਉਹ ਕਿਹੜੇ ਮੰਤਰੀ ਨੇ ਕੀਤੀ ਹੈ ਇਹ ਕੀਤੀ ਹੈ ਅਰੁਣਾ ਚੌਧਰੀ ਜੀ ਨੇ ਓਕੇ ਇਹ ਜਿਹੜੀ ਅਰੁਣਾ ਚੌਧਰੀ ਜੀ ਹੈ ਇਹ ਕੌਣ ਨੇ ਇਹ ਆਪਣੇ ਪੰਜਾਬ ਦੇ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਵੈਲਫੇਅਰ ਮਿਨਿਸਟਰ ਨੇ ਯਾਨੀ ਕਿ ਪੰਜਾਬ ਦੇ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਓਕੇ ਇਹਨਾਂ ਨੇ ਹਾਲ ਹੀ ਦੇ ਵਿੱਚ ਉਡਾਨ ਸਕੀਮ ਦੀ ਜੋ ਹੈ ਸ਼ੁਰੂਆਤ ਕੀਤੀ ਓਕੇ ਔਰ ਇਹ ਕਦੋਂ ਕੀਤੀ ਗਈ ਸੀ ਇਹ ਕੀਤੀ ਗਈ ਸੀ 28 ਮਈ ਨੂੰ 올 ਰਾਈਟ ਇਸ ਦਿਨ ਜੋ ਹੈ ਇਹਨਾਂ ਨੇ ਕੀ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਲੋੜਵੰਦ ਪਰਿਵਾਰ ਹੈ ਉਹਨਾਂ ਦੀਆਂ ਔਰਤਾਂ ਔਰ ਲੜਕੀਆਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਫ੍ਰੀ ਦੇ ਵਿੱਚ ਕੀ ਦਿੱਤਾ ਜਾਏਗਾ ਸੈਨੇਟਰੀ ਪੈਡ ਵੰਡੇ ਜਾਣਗੇ ਓਕੇ ਤਾਂ ਕਿ ਉਹਨਾਂ ਦੇ ਵਿੱਚ ਹਾਈਜੀਨ ਦੀ ਜੋ ਆਦਤ ਹੈ ਉਸ ਨੂੰ ਕੀ ਕੀਤਾ ਜਾ ਸਕੇ ਡਵੈਲਪ ਕੀਤਾ ਜਾ ਸਕੇ 올 ਰਾਈਟ ਤਾਂ ਆਪਾਂ ਦੇਖਦੇ ਹਾਂ ਪੰਜਾਬ ਦੇ ਬਾਰੇ ਦੇ ਵਿੱਚ ਕੁਝ ਫੈਕਟਸ ਇਹ ਸਟੇਟ ਹੈ ਨਾਰਥ ਇੰਡੀਆ ਦੇ ਵਿੱਚ ਇੱਥੇ ਦੀ ਕੈਪੀਟਲ ਹੋ ਜਾਏਗੀ ਚੰਡੀਗੜ੍ਹ ਐਂਡ ਅਦਰ ਲਾਰਜੈਸਟ ਸਿਟੀ ਦੇਖੀਏ ਤਾਂ ਉਹ ਕਿਹੜੀ ਹੈ ਲੁਧਿਆਣਾ ਸੀਐਮ ਐਨਗੇ ਅਮਰਿੰਦਰ ਸਿੰਘ ਜੀ ਗਵਰਨਰ ਹੋ ਜਾਣਗੇ ਵੀਪੀ ਸਿੰਘ ਬਦਨੌਰ ਐਂਡ ਲੋਕ ਸਭਾ ਦੇ ਵਿਸੀਤਾ ਨੇ 13 ਰਾਜ ਸਭਾ ਦੇ ਵਿੱਚ ਕਿੰਨੇ ਸੀਟਾਂ ਸੱਤ ਓਕੇ ਸਟੇਟ ਬर्ड ਹੈ ਪੰਜਾਬ ਬਾਜ਼ ਸੋਰੀ ਔਰ ਇਸ ਦਾ ਜੋ ਸੈਂਟੀਫਿਕ ਨੇਮ ਹੈ ਉਹ ਰਹੇਗਾ ਐਸੀਪਾਇਟਰ ਜੈਂਟਲਿਸ 올 ਰਾਈਟ ਐਂਡ ਐਨੀਮਲ ਹੈ ਬਲੈਕਬੱਕ ਇਸ ਦਾ ਨਾਮ ਰਹੇਗਾ ਸੈਂਟੀਫਿਕ ਐਂਟਿਲੋਪ ਸਰਵਿਕਾਰਾ ਔਰ ਇਹ ਤੁਸੀਂ ਸੈਂਟੀਫਿਕ ਨੇਮ ਜ਼ਰੂਰ ਯਾਦ ਰੱਖਨੇ ਆ ਕਿਉਂਕਿ ਕਾਫੀ ਸਾਰੇ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਕੁਐਸਚਨਸ ਆਏ ਹੋਏ ਆ ਆਲਰੇਡੀ ਓਕੇ ਅਗਰ ਆਪਾਂ ਫਲਾワー ਦੇਖਦੇ ਆ ਤਾਂ ਉਹ ਕਿਹੜਾ ਹੈ ਗਲੇਡੀਲਸ ਐਂਡ ਇਸ ਨੂੰ ਕਿਹਾ ਜਾਂਦਾ ਆ gladiulous and grandy flores all right and the tree dekhiye ta eh hai sheesham jisda ki scientific name hoega dalbergia sissoo okay ta eh tusi sare jo fact hai punjab de naal related eh yaad rakhoge second question dekh deya in indonesia which volcano has erupted recently haal hi de vich indonesia de vich ik volcano jo hai oh phatya theek hai ta apa isse hi volcano da ki dasna hai naam ta isda naam ho jayega mount merapi ओके माउंट मेरापी जो है वो काफी ज्यादा न्यूज़ ਦੇ ਵਿੱਚ ਰਹਿਣ ਵਾਲਾ ਵੋਲਕੇਨੋ ਹੈ ਐਂਦੇ ਵਿੱਚ ਐਰਾਪਸ਼ਨ ਜੋ ਹੈ ਹੁੰਦੀਆਂ ਰਹਿੰਦੀਆਂ ਯਾਨੀ ਕਿ ਸਮੇ ਸਮੇਂ ਤੇ ਇਹ ਫਟਦਾ ਰਹਿੰਦਾ ਹੈ ਇਸੇ ਕਰਕੇ ਐਨੂੰ ਬੋਲਿਆ ਜਾਂਦਾ ਹੈ ਐਕਟਿਵ ਵੋਲਕੇਨੋ 올राइट ਆਪਾਂ ਅਗੂ ਦੇਖਾਂਗੇ ਕਿ ਵੋਲਕੇਨੋ ਦੇ ਜਿਹੜੇ ਤਿੰਨ ਟਾਈਪਸ ਹੈ ਉਹਨਾਂ ਦੇ ਵਿੱਚ ਕੀ ਕੀ ਅੰਤਰ ਹੁੰਦਾ ਹੈ ਓਕੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਜਿਹੜੇ ਬਾਕੀ ਤਿੰਨ ਆਪਸ਼ਨਸ ਦਿੱਤੀਆਂ ਹੋਈਆਂ ਐ ਐਂਦੇ ਵਿੱਚ ਪਹਿਲਾ ਹੈ ਵੈਸਿਊवियस ਇਹ ਕਿੱਥੇ ਦਾ ਵੋਲਕੇਨੋ ਹੈ ਇਹ ਹੈ ਇਟਲੀ ਦਾ ਵੋਲਕੇਨੋ ओके okay? और जो बैरन है ये मैं तन्नू ਪਹਿਲਾਂ ਵੀ ਇੱਕ ਵਾਰੀ ਦੱਸਿਆ ਸੀ ਇਹ ਹੋ ਜਾਏਗਾ ਇੰਡੀਆ ਦਾ ਔਰ ਇੰਡੀਆ ਦੇ ਵਿੱਚ ਇਕਲੋਤਾ ਹੀ ਐਕਟਿਵ ਵੋਲਕੇਨੋ ਹੈ ਔਰ ਇਹ ਹੈ ਕਿਥੇ ਅੰਡੇਮਾਨ ਨਿਕੋਬਾਰ ਦੇ ਵਿੱਚ ਓਕੇ ਅਗਰ ਗੱਲ ਕਰਦੇ ਆ ਮਾਊਂਟ ਫੂਜੀ ਦੀ ਤਾਂ ਇਹ ਕਿਥੋਂ ਦਾ ਵੋਲਕੇਨੋ ਹੋ ਜਾਏਗਾ ਇਹ ਹੋ ਜਾਏਗਾ ਜਪਾਨ ਦਾ 올 ਰਾਈਟ ਦੇਖੋ ਤਿੰਨ ਤਰ੍ਹਾਂ ਦੇ ਵੋਲਕੇਨੋਸ ਹੁੰਦੇ ਆ ਆਪਾਂ ਇਹਨੂੰ ਦੇਖ ਲੈਨੇ ਆਂ ਉੱਪਰ ਦੇਖੋ ਇਹਦੇ ਵਿੱਚ ਲਿਖਿਆ ਹੈ ਪਹਿਲੇ ਨੰਬਰ ਤੇ ਹੈ ਕਿਰਿਆਸ਼ੀਲ ਜਵਾਲਾਮੁਖੀ ਯਾਨੀ ਕਿ ਐਕਟਿਵ ਵੋਲਕੇਨੋ ਓਕੇ ਇਹ ਉਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੀ ਲਗਾਤਾਰ ਵਿਸਫੋਟ ਹੁੰਦੇ ਰਹਿੰਦੇ ਆ ਸ਼ਾਂਤ ਨਹੀਂ ਬੈਠਦੇ ਓਕੇ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਦੇ ਵਿੱਚ ਕਦੋਂ ਵਿਸਫੋਟ ਹੋ ਜਾਏਗਾ ਯਾਨੀ ਕਿ ਟਾਈਮ ਨਹੀਂ ਹੁੰਦਾ ਬਟ ਇਹ ਕੰਟੀਨਿਊਸਲੀ ਇਹਨਾਂ ਦੇ ਵਿੱਚ ਸਾਲ-ਸਾਲ ਬਾਅਦ 2-2 ਸਾਲ ਬਾਅਦ 6 ਮਹੀਨੇ ਬਾਅਦ ਕਿਸੇ ਵੀ ਟਾਈਮ ਤੇ ਇਹਨਾਂ ਦੇ ਵਿੱਚ ਵਿਸਫੋਟ ਹੋਣਗੇ ਅਗਰ ਆਪਾਂ ਗੱਲ ਕਰਦੇ ਆਂ ਸੁਤੰਤਰ ਜਵਾਲਾਮੁਖੀ ਦੀ ਠੀਕ ਹੈ ਤਾਂ ਇਸ ਦੇ ਵਿੱਚ ਕੀ ਹੁੰਦਾ ਇਹਨੂੰ ਬੋਲਿਆ ਜਾਂਦਾ ਹੈ ਇੰਗਲਿਸ਼ ਦੇ ਵਿੱਚ ਡੋਰਮੈਂਟ ਵੋਲਕੇਨੋ ਓਕੇ ਐਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੀ ਨਹੀਂ ਹੋਇਆ ਹੁੰਦਾ ਕੋਈ ਵਿਸਫੋਟ ਨਹੀਂ ਹੋਇਆ ਹੁੰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ ਵਿਸਫੋਟ ਹੋ ਸਕਦਾ ਹੈ ਇਸ ਲਈ ਇਸ ਨੂੰ ਸੁਤੰਤਰ ਜਵਾਲਾਮੁਖੀ ਬੋਲਦੇ ਆ ਲਾਸਟ ਤੇ ਆ ਜਾਂਦਾ ਹੈ ਸ਼ਾਂਤ ਜਵਾਲਾਮੁਖੀ ਯਾਨੀ ਕਿ ਐਕਸਟਿੰਗਟ ਵੋਲਕੇਨੋ ਓਕੇ ਇਹ ਨਾ ਤਾਂ ਕਾਫੀ ਸਮੇਂ ਤੋਂ ਇਹਦੇ ਵਿੱਚ ਕੋਈ ਵਿਸਫੋਟ ਹੋਇਆ ਹੈ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਐਂਦੀ ਕੋਈ ਉਮੀਦ ਹੁੰਦੀ ਹੈ ਇਸ ਲਈ ਇਸ ਨੂੰ ਕੀ ਬੋਲ ਦਿੱਤਾ ਜਾਂਦਾ ਹੈ ਕਿ ਅਵਜਵਾਲਾਮੁਖੀ ਸ਼ਾਂਤ ਹੋ ਚੁੱਕਿਆ ਹੈ ਆਲ ਰਾਈਟ ਅਗਰ ਆਪਾਂ ਦੇਖਦੇ ਆ ਇੰਡੋਨੇਸ਼ੀਆ ਦੇ ਫੈਕਟ ਤਾਂ ਇਸ ਦੀ ਕੈਪੀਟਲ ਰਹੇਗੀ ਜਕਾਰਤਾ ਅਫੀਸ਼ੀਅਲ ਲੈਂਗੁਏਜ ਕੀ ਹੈ ਇੰਡੋਨੇਸ਼ੀਅਨ ਐਂਡ ਅਤੇ ਦੇ ਪ੍ਰੈਜ਼ੀਡੈਂਟ ਰਹਿਣਗੇ ਜੋਕੋ ਵਿਡੋਡੋ ਐਂਡ ਵਾਈਸ ਪ੍ਰੈਜ਼ੀਡੈਂਟ ਕੋਨ ਨੇ ਮਰੂਫ ਅਮੀਨ ਅਗਰ ਕਰੰਸੀ ਦੀ ਗੱਲ ਕਰੀਏ ਤਾਂ ਇੱਥੇ ਹੁੰਦੀ ਹੈ ਇੰਡੋਨੇਸ਼ੀਅਨ ਰੁਪਿਆ ਓਕੇ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਹਾਨੂੰ ਦਿੱਤੀ ਹੋਈ ਹੈ ਇੱਕ ਵੋਲਕੈਨੋ ਦੀ ਇਰਪਸ਼ਨ ਦੀ ਪਿਕ ਰਾਈਟ ਜਿਹੜੀ ਆਪਣੀ ਧਰਤੀ ਦੀ ਕੋਰ ਹੈ ਅਦੇ ਵਿੱਚ ਹੁੰਦੀਆਂ ਕੁਝ ਪਲੇਟਸ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਆਪਾਂ ਜੀਓਗ੍ਰਾਫੀ ਦੇ ਵਿੱਚ ਕਰਾਂਗੇ ਰਾਈਟ ਇਹਦੇ ਵਿੱਚ ਜੋ ਪਲੇਟਸ ਹੁੰਦੀਆਂ ਉਹਨਾਂ ਦੇ ਆਪਸ ਵਿੱਚ ਟਕਰਾਉਣ ਨਾਲ ਕੀ ਹੁੰਦਾ ਹਲਚਲ ਹੋਣੀ ਸਟਾਰਟ ਹੋ ਜਾਂਦੀ ਹੈ ਜਿਹਦੇ ਨਾਲ ਕੀ ਲਾਵਾ ਧਰਤੀ ਦੇ ਵਿੱਚੋਂ ਦੀ ਬਾਹਰ ਨਿਕਲਣਾ ਸਟਾਰਟ ਹੋ ਜਾਂਦਾ ਓਕੇ ਗਰਮ ਹੁੰਦਾ ਇਹ ਹੈ ਨਾ ਜਿੱਦਾਂ ਜਿੱਦਾਂ ਬਾਹਰ ਆ ਰਿਹਾ ਹੁੰਦਾ ਤਾਂ ਗਰਮ ਹੁੰਦਾ ਜਦੋਂ ਇਹ ਬਾਹਰ ਆ ਕੇ ਕੀ ਹੋ ਜਾਂਦਾ ਠੰਡਾ ਹੋ ਜਾਂਦਾ ਤਾਂ ਇਹ ਬਾਹਰ ਆ ਕੇ ਕਿੰਦਾ ਨਿਰਮਾਨ ਕਰ ਦੇਗਾ ਫਿਰ ਚਟਾਨਾਂ ਦਾ ਨਿਰਮਾਨ ਕਰ ਦੇਗਾ 올 ਰਾਈਟ ਔਰ ਇਹਨਾਂ ਦੇ ਚਟਾਨਾਂ ਨੂੰ ਇਹ ਕਿਹਾ ਜਾਂਦਾ ਹੈ ਬੇਸਾਲਟ ਚਟਾਨਾਂ केडिया, बेसाल्ट चट्टाना ओल राइट और कुछ इदा का भी लावा होंगे जोड़ा कि किसी तरीके बाहर नहीं निकल पाता और वो अंदर ही अपनी जगह लभ और अंदर वाली साइड ही की करता है फैलना स्टार्ट कर देता है ओके और अंदर ही की हो जाता है ठंडा हो है, तो इतने भी कुछ चट्टान बन दें जिन्होंने बोलिया जाए ग्रेनाइट चट्टाना ठीक है, है, है? तो यह दोनों तुम याद रखोगे बेसाल्ट चट्टाना और ग्रेनाइट चट्टाना ओल राइट नैक्सट देखते हैं red tourism term associated with which country ਆਪਾਂ ਦੱਸਣਾ ਹੈ ਕਿ red tourism ਨਾਮ ਦੀ ਜੋ टर्म ਹੈ ਇਹ ਹਾਲ ਹੀ ਦੇ ਵਿੱਚ ਨਿਊਜ਼ ਦੇ ਵਿੱਚ ਰਹੀ ਇਹ ਕਿਸ ਦੇਸ਼ ਦੇ ਨਾਲ ਸੰਬੰਧ ਰੱਖਦੀ ਹੈ ਠੀਕ ਹੈ ਤਾਂ ਇਸ ਦਾ ਆਨਸਰ ਹੋਏਗਾ ਚਾਈਨਾ ਰਾਈਟ ਤਾਂ ਇਹ red tourism ਹੈ ਕੀ ਆਪਾਂ ਇਹਨੂੰ ਇੱਕ ਛੋਟੀ ਜੀ ਇੰਡੀਆ ਦੇ ਨਾਲ ਰਿਲੇਟ ਕਰਕੇ ਐਗਜ਼ਾਮਪਲ ਨਾਲ ਸਮਝਦੇ ਆ ਦੇਖੋ ਇੰਡੀਆ ਦੇ ਵਿੱਚ ਹੈ ਇੱਕ ਕਾਂਗਰਸ ਪਾਰਟੀ ਰਾਈਟ ਉਹ ਇੱਕ ਕਾਫੀ ਜ਼ਿਆਦਾ ਪੁਰਾਣੀ ਪਾਰਟੀ ਹੈ ਤੁਹਾਨੂੰ ਪਤਾ ਹੈ 1947 ਤੋਂ ਪਹਿਲਾਂ ਆਜ਼ਾਦੀ ਦੀ ਜਿਹੜੀ ਵੀ ਲੜਾਈ ਹੋਈ ਉਹਦੇ ਵਿੱਚ ਕਾਂਗਰਸ ਦੇ ਵੀ ਕਾਫੀ ਲੀਡਰ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਹੁਣ ਮੰਨ ਲਓ ਕਾਂਗਰਸ ਨੇ ਟਾਈਮ-ਟਾਈਮ ਤੇ ਤੁਹਾਨੂੰ ਪਤਾ ਹੈ ਆਪਦੀ ਫਾਰਮੇਸ਼ਨ ਤੋਂ ਬਾਅਦ ਕਈ ਅਦਿਵੇਸ਼ਨ ਕੀਤੇ ਹੈਨਾ ਮੀਟਿੰਗਸ ਕੀਤੀਆਂ ਓਕੇ ਔਰ ਇੰਨਾ ਮੀਟਿੰਗਸ ਦੇ ਮੰਨ ਲਓ ਸਾਰੇ ਪਲੇਸਿਸ ਜਾਂ ਫਿਰ ਇੰਨੇ ਪਲੇਸਿਸ ਜਿੱਥੇ ਕਿ ਕਾਂਗਰਸ ਦੇ ਲੀਡਰਸ ਨੇ ਆਜ਼ਾਦੀ ਦੀ ਲੜਾਈ ਦੇ ਲਈ ਕੁਝ ਵੀ ਇੰਪੋਰਟੈਂਟ ਕੀਤਾ ਠੀਕ ਹੈ ਉਹ ਸਾਰੇ ਦੇ ਸਾਰੇ ਪਲੇਸਿਸ ਨੂੰ ਅਗਰ ਆਪਣੀ ਕਾਂਗਰਸ ਪਾਰਟੀ ਵੱਲੋਂ ਕੀ ਕੋਸ਼ਿਸ਼ ਕਰ ਦਿੱਤਾ ਜਾਵੇ ਕੀ ਇਹ ਹੋਣਗੇ ਅੱਜ ਤੋਂ ਬਾਅਦ ਇੱਕ ਟੂਰਿਸਟ ਪਲੇਸਿਸ ਰਾਈਟ ਤਾਂ ਇਸੇ ਨੂੰ ਹੀ ਤੁਸੀਂ ਮੰਨ ਸਕਦੇ ਹੋ ਕਿ ਚਾਈਨਾ ਦੀ ਲੈਂਗੁਏਜ ਦੇ ਵਿੱਚ ਇਹ ਵਾਲੇ ਟਰਮ ਰੈਡ ਟੂਰਿਜ਼ਮ ਉਹ ਕਿਦਾਂ ਦੇਖੋ ਚਾਈਨਾ ਨੇ 2004 ਦੇ ਵਿੱਚ ਆਪਣੀ ਇੱਕ ਪਾਰਟੀ ਜਿਸ ਦਾ ਨਾਮ ਹੈ ਕਮਿਊਨਿਸਟ ਪਾਰਟੀ ਓਕੇ ਇਸੇ ਪਾਰਟੀ ਦੇ ਨਾਲ ਜੁੜੇ ਹੋਏ ਇਤਿਹਾਸ ਨੂੰ ਜਿੰਨੇ ਵੀ ਇੰਪੋਰਟੈਂਟ ਸਾਂਸਕ੍ਰਿਤਿਕ ਮਹੱਤਵ ਰੱਖਣ ਵਾਲੇ ਸਥਾਨ ਜਾਂ ਫਿਰ ਇਤਿਹਾਸਿਕ ਮਹੱਤਵ ਰੱਖਣ ਵਾਲੀ ਜਿੰਨੇ ਵੀ ਸਥਾਨ ਹੈ ਉਹਨਾਂ ਨੂੰ ਇਹਨਾਂ ਨੇ ਕੀ ਕੋਸ਼ਿਸ਼ ਕਰ ਦਿੱਤਾ ਕਿ ਇਹ ਸਾਡੇ ਲਈ ਅੱਜ ਤੋਂ ਬਾਅਦ ਕੀ ਹੋਣਗੇ ਟੂਰਿਸਟ ਪਲੇਸ ਹੋਣਗੇ 올 ਰਾਈਟ ਔਰ ਇਸ ਦਾ ਏਮ ਕੀ ਸੀਗਾ ਕਿ ਦੇਸ਼ ਦੇ ਵਿੱਚ ਜਿੰਨਾ ਵੀ ਟੂਰਿਜ਼ਮ ਹੈ ਉਹਨੂੰ ਕੀ ਕੀਤਾ ਜਾ ਸਕੇ ਮਜ਼ਬੂਤ ਬਣਾਇਆ ਜਾ ਸਕੇ ਔਰ ਆਪਣੀ ਜੋ ਪਾਰਟੀ ਹੈ ਐਂਦੀ ਦਰੋਹਰ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਜਾ ਸਕੇ ਠੀਕ ਹੈ ਇਸ ਲਈ ਇਹਨਾਂ ਨੇ ਰੈਡ ਟੂਰਿਜ਼ਮ ਨਾਮ ਦੀ ਪਹਿਲ ਦੀ ਸ਼ੁਰੂਆਤ ਕੀਤੀ ਅਗਰ ਆਪਾਂ ਗੱਲ ਕਰੀਏ ਕਿ ਇਸ ਟਾਈਮ ਜੋ ਚਾਈਨਾ ਦੇ ਪ੍ਰੈਸੀਡੈਂਟ ਨੇ ਜ਼ੀ ਜ਼ਿੰਗਪਿੰਗ ਠੀਕ ਹੈ ਇਹ ਕੋ ਨੇ ਇਹ ਵੀ ਕਮਿਊਨਿਸਟ ਪਾਰਟੀ ਦੇ ਨਾਲ ਹੀ ਬਿਲੋਂਗ ਕਰਦੇ ਆ ਹਾਂਜੀ ਅਗਰ ਆਪਾਂ ਚਾਈਨਾ ਦੇ ਫੈਕਟਸ ਦੇ ਬਾਰੇ ਵਿੱਚ ਡਿਸਕਸ ਕਰੀਏ ਤਾਂ ਕੋਵਿਡ ਦਾ ਸਭ ਤੋਂ ਫਰਸਟ ਕੇਸ ਚਾਈਨਾ ਦੇ ਹੀ ਵੁਹਾਨ ਸ਼ਹਿਰ ਦੇ ਵਿੱਚ ਮਿਲਿਆ ਸੀ ਓਕੇ ਔਰ ਕੁਝ ਦਿਨ ਪਹਿਲਾਂ ਆਪਾਂ ਕਰੰਟ ਅਫੇਅਰ ਦੇ ਵਿੱਚ ਇੱਕ ਨਿਊਜ਼ ਕੀਤੀ ਸੀ ਕਿ ਚਾਈਨਾ ਦੇ ਵਿੱਚ ਪਹਿਲੀ ਵਾਰ ਹਿਊਮਨ ਦੇ ਵਿੱਚ ਇਨਸਾਨਾਂ ਦੇ ਵਿੱਚ H10N3 ਦਾ ਬਰਡ ਫਲੂ ਦਾ ਇੱਕ ਕੇਸ ਮਿਲਿਆ ਹੈ ਜੋ ਕਿ ਇਹਦੇ ਕਿਹੜੇ ਪ੍ਰੋਵਿੰਸ ਵਿੱਚ ਮਿਲਿਆ ਜੀਆੰਗਜ਼ੂ ਪ੍ਰੋਵਿੰਸ ਦੇ ਵਿੱਚ ਓਕੇ ਬਰਡ ਫਲੂ ਐਦਾਂ ਦੀ ਬਿਮਾਰੀ ਸੀ ਜਿਹੜੀ ਕਿ ਅੱਜ ਤੋਂ ਪਹਿਲਾਂ ਕਿੱਥੇ ਹੁੰਦੀ ਸੀ ਸਿਰਫ ਔਰ ਸਿਰਫ ਬਰਡਸ ਦੇ ਵਿੱਚ ਪਾਈ ਜਾਂਦੀ ਸੀ ਮੁਰਗੀਆਂ ਵਗੈਰਾ ਵਿੱਚ ਰਾਈਟ ਔਰ ਐਂਦਾ ਕਦੀ ਵੀ ਇਨਸਾਨੀ ਕੇਸ ਨਹੀਂ ਮਿਲਿਆ ਸੀ ਔਰ ਚਾਈਨਾ ਦੇ ਵਿੱਚ ਹੁਣ ਐਂਦਾ ਵੀ ਕੀ ਮਿਲ ਗਿਆ ਆ ਇਨਸਾਨ ਦੇ ਵਿੱਚ ਕੇਸ ਮਿਲ ਚੁੱਕੇ ਆ ਓਕੇ ਔਰ ਚਾਈਨਾ ਐਦਾਂ ਦੀ ਕੰਟਰੀ ਹੈ ਜਿਨੇ ਹਾਲ ਹੀ ਦੇ ਵਿੱਚ 3 ਚਾਈਲਡ ਪਾਲਿਸੀ ਵੀ ਲਾਗੂ ਕੀਤੀ ਹੈ ਓਕੇ ਕੁਝ ਸਾਲ ਪਹਿਲਾਂ ਦੀ ਗੱਲ ਹੈ ਚਾਈਨਾ ਨੇ ਆਪਣੀ 1 ਚਾਈਲਡ ਪਾਲਿਸੀ ਲੈ ਕੇ ਆਈ ਸੀ ਓਕੇ ਇਦੇ ਵਿੱਚ ਇਹਨਾਂ ਨੇ ਕਿਉਂ ਕੀਤਾ ਸੀ ਇਹਨਾਂ ਨੂੰ ਲੱਗਿਆ ਸਾਡੀ ਜਨਸੰਖਿਆ ਬਹੁਤ ਜ਼ਿਆਦਾ ਵਧ ਰਹੀ ਹੈ ਹੈਨਾ ਔਰ ਇਸ ਲਈ ਇਹਨਾਂ ਨੇ ਬੋਲਿਆ ਕਿ ਤੁਸੀਂ ਇੱਕ ਤੋਂ ਜ਼ਿਆਦਾ ਬੱਚਾ ਨਹੀਂ ਕਰ ਸਕਦੇ ਓਕੇ ਬਟ ਹਾਲ ਹੀ ਦੇ ਵਿੱਚ ਜਦੋਂ ਇਹਨਾਂ ਨੇ ਸਰਵੇ ਕੀਤਾ ਤਾਂ ਇਹਨਾਂ ਨੂੰ ਕੀ ਪਤਾ ਚੱਲਿਆ ਕਿ ਸਾਡੀ ਜਿਹੜੀ ਇੱਥੇ ਦੀ ਨੌਜਵਾਨ ਪੀੜੀ ਹੈ ਉਹਦੀ ਜਨਸੰਖਿਆ ਬਹੁਤ ਜ਼ਿਆਦਾ ਘਟ ਰਹੀ ਹੈ ਓਕੇ ਔਰ ਸਾਡੇ ਇੱਥੇ ਜ਼ਿਆਦਾਤਰ ਕਿਹੜੇ ਲੋਕ ਰਹਿ ਗਏ ਹੈ ਜ਼ਿਆਦਾ ਜਨਤਾ ਕਿਹੜੀ ਰਹਿ ਗਈ ਹੈ 올ਡ ਏਜ ਵਾਲੀ ਯਾਨੀ ਕਿ ਬਜ਼ੁਰਗਾਂ ਦੀ ਤੇ ਕਿਸੇ ਵੀ ਦੇਸ਼ ਦੀ ਇਕਨੋਮੀ ਨੂੰ ਅਗਰ ਆਪਾਂ ਅੱਗੇ ਲੈ ਕੇ ਜਾਣਾ ਹੈ ਤੇ ਉੱਥੇ ਨੌਜਵਾਨ ਪੀੜੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਕਿ ਇਹੀ ਹੁੰਦੇ ਆ ਜਿਹੜੇ ਕਿ ਕੰਮ ਕਰਦੇ ਨੇ ਜੌਬਸ ਕਰਦੇ ਨੇ ਰਾਈਟ ਤਾਂ ਇਸ ਲਈ ਹੁਨੇ ਹੁਨੇ ਇਹਨਾਂ ਨੇ ਕੀ ਅਨਾਉਂਸ ਕਰ ਦਿੱਤਾ ਹੈ ਕਿ ਕਪਲ ਜੋ ਹੈ ਉਹ 3 ਚਾਈਲਡ ਜੋ ਹੈ ਉਹ ਕਰ ਸਕਦੇ ਨੇ 3 ਚਿਲड्रन ਕਰ ਸਕਦੇ ਆ ਓਕੇ ਅਗੇ ਨੈਕਸਟ ਆਪਾਂ ਗੱਲ ਕਰਦੇ ਹਾਂ ਲੈਪਸੈਟ ਦੀ ਇਹ ਵੀ ਆਪਾਂ ਇਸੇ ਵੀਕ ਦੇ ਵਿੱਚ ਹੀ ਡਿਸਕਸ ਕੀਤਾ ਸੀ ਕਿ ਚਾਈਨਾ ਕੇਨੀਆਂ ਦੇ ਵਿੱਚ ਲਾਮੂ ਪੋਰਟ ਨਾਮ ਦਾ ਇੱਕ ਪੋਰਟ ਹੈ ਜਿਸ ਨੂੰ ਕੀ ਕਰ ਰਿਹਾ ਹੈ ਡਿਵੈਲਪ ਕਰ ਰਿਹਾ ਹੈ ਓਕੇ ਔਰ ਇਸ ਦੇ ਨਾਲ ਆਪਾਂ ਗੱਲ ਕਰੀਏ ਸੀਪੈਕ ਦੀ ਤਾਂ ਉਸੇ ਦਿਨ ਹੀ ਮੈਂ ਤੁਹਾਨੂੰ ਦੱਸਿਆ ਸੀ ਚਾਈਨਾ ਪਾਕਿਸਤਾਨ ਇਕਨੋਮਿਕ ਜ਼ੋਨ ਓਕੇ ਇਹ ਵੀ ਕੀ ਕੀਤਾ ਗਿਆ ਜ਼ੋਨ ਨਹੀਂ ਐਕਚੁਅਲੀ ਇੱਥੇ ਪਲੀਜ਼ ਕਰੈਕਟ ਕਰ ਲੈਣਾ ਇਹ ਹੈ ਕੋਰੀਡੋਰ ਓਕੇ ਤਾਂ ਚਾਈਨਾ ਇਸ ਨੂੰ ਵੀ ਡਿਵੈਲਪ ਕਰ ਰਿਹਾ ਹੈ ਤਾਂ ਕਿ ਚਾਈਨਾ ਔਰ ਪਾਕਿਸਤਾਨ ਦੇ ਵਿੱਚ ਟ੍ਰੇਡ ਨੂੰ ਕੀਤਾ ਜਾ ਸਕੇ ਈਜ਼ੀ ਵੇ ਦੇ ਵਿੱਚ ਓਕੇ ਔਰ ਇਹ ਵੀ ਆਪਾਂ ਇਸੇ ਵੀਕ ਦੇ ਵਿੱਚ ਨਿਊਜ਼ ਕੀਤੀ ਸੀ ਕਿ ਚਾਈਨਾ ਨੇ ਆਪਣਾ ਇੱਕ ਆਰਟੀਫੀਸ਼ੀਅਲ ਸਨ ਬਣਾਇਆ ਜਿਸ ਦਾ ਨਾਮ ਕੀ ਹੈ ਈਸਟ ਓਕੇ ਔਰ ਨੇ ਟੈਂਪਰੇਚਰ ਦੇ 2018 ਦੇ ਵਿੱਚ ਜੋ ਆਪਣਾ ਰਿਕਾਰਡ ਬਣਾਇਆ ਸੀ ਉਹਨੂੰ ਹਾਲ ਹੀ ਦੇ ਵਿੱਚ ਕੀ ਕਰ ਦਿੱਤਾ ਤੋੜ ਦਿੱਤਾ ਆਲ ਰਾਈਟ ਨੈਕਸਟ ਕੁਐਸਚਨ ਦੇਖਦੇ ਆ ਵਿਸ਼ਵਾ ਮਿਤਰੀ ਰਿਵਰ ਪ੍ਰੋਜੈਕਟ ਬਿਲੋਂਗਸ ਟੂ ਵਿਚ ਸਟੇਟ ਆਪਾਂ ਦੱਸਨੇ ਕਿ ਵਿਸ਼ਵਾ ਮਿਤਰੀ ਨਾਮ ਦੀ ਜੋ ਨਦੀ ਦਾ ਪ੍ਰੋਜੈਕਟ ਹੈ ਇਹ ਕਿਹੜੀ ਸਟੇਟ ਨੂੰ ਬਿਲੋਂਗ ਕਰਦਾ ਹੈ ਆਲ ਰਾਈਟ ਤਾਂ ਇਹ ਬਿਲੋਂਗ ਕਰੇਗਾ ਗੁਜਰਾਤ ਨੂੰ ਓਕੇ ਦੇਖੋ ਇਸ ਦੀ ਮਨਜ਼ੂਰੀ ਕਿੰਨੇ ਦਿੱਤੀ ਹੈ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵਿਸ਼ਵਾ ਮਿਤਰੀ ਰਿਵਰ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਹੈ ਐਨ ਜੀਟੀ ਨੇ ਓਕੇ ਇਸ ਦਾ ਮਤਲਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਓਕੇ ਇਹਨਾਂ ਨੇ ਹਾਲੀ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਓਕੇ ਐਨ ਜੀਟੀ ਦਾ ਕੰਮ ਕੀ ਹੁੰਦਾ ਹੈ ਕਿ ਕਿਤੇ ਵੀ ਮੰਨ ਲਓ ਐਦਾਂ ਦਾ ਕੋਈ ਵੀ ਪ੍ਰੋਜੈਕਟ ਚੱਲ ਰਿਹਾ ਹੈ ਬੰਨ ਵਗੈਰਾ ਬਣ ਰਿਹਾ ਹੈ ਤਾਂ ਇਹ ਦੇਖਦਾ ਕਿ ਇੱਥੇ ਕਿਸੇ ਪ੍ਰਕਾਰ ਦਾ ਕੁਦਰਤ ਨੂੰ ਕੋਈ ਨੁਕਸਾਨਤਾ ਨਹੀਂ ਹੋ ਰਿਹਾ ਠੀਕ ਹੈ ਤਾਂ ਇਸੇ ਦੀ ਪੜਤਾਲ ਕਰਦਾ ਹੈ ਕੌਣ ਐਨਜੀਟੀ 올 ਰਾਈਟ ਦੇ ਨਾਲ ਨਾਲ ਇਹਨਾਂ ਨੇ ਬੋਲਿਆ ਕੀ ਹੈ ਕਿ ਜਦੋਂ ਤੁਸੀਂ ਇਸ ਪ੍ਰੋਜੈਕਟ ਨੂੰ ਚਲਾਓਗੇ ਤਾਂ ਜੋ ਨਦੀ ਦੀ ਅਖੰਡਤਾ ਉਹ ਬਣੀ ਰਹਿਣੀ ਚਾਹੀਦੀ ਹੈ ਔਰ ਪੌਦਾ ਰੋਪਣ ਵਗੈਰਾ ਵੱਲ ਵੀ ਪੂਰੀ ਤਰ੍ਹਾਂ ਧਿਆਨ ਦੇਣਾ ਤੁਹਾਨੂੰ ਪਏਗਾ ਓਕੇ ਹੁਣ ਆਪਾਂ ਗੱਲ ਕਰ ਲੈਨੇ ਆ ਗੁਜਰਾਤ ਦੇ ਕੁਝ ਫੈਕਟਸ ਬਾਰੇ अगर आप देखिए कि ए है इंडिया दे किस साइड वेस्टर्न कोस्ट वाल ओके कैपिटल रहेगी गांधीनगर सीएम ने विजय रूपानी जी और गवर्नर रहेंगे आचार्य देवव्रत जी ਔਰ ਇਹਨੂੰ ਕਦੋਂ ਫਾਰਮ ਕੀਤਾ ਗਿਆ 1960 ਦੇ ਵਿੱਚ ਦੇਖੋ 1960 ਦੇ ਵਿੱਚ ਕੀ ਹੁੰਦਾ ਸੀਗਾ ਬੰਬੇ ਓਕੇ ਇਹਨੂੰ ਫਿਰ ਦੋ ਹਿੱਸਿਆਂ ਦੇ ਵੰਡ ਦਿੱਤਾ ਗਿਆ ਇੱਕ ਹੋ ਗਿਆ ਮਹਾਰਾਸ਼ਟਰ ਔਰ ਦੂਸਰਾ ਬਣ ਗਿਆ ਗੁਜਰਾਤ ਓਕੇ ਅਗਰ ਆਪਾਂ ਗੱਲ ਕਰਦੇ ਹਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਵੀ ਇੱਥੇ ਕੁਝ ਸਾਈਟਸ ਮਿਲਦੀਆਂ ਜਿਵੇਂ ਕਿ ਲੋਥਲ ਧੋਲਾਵੀਰਾ ਗੋਲਾਧੋਰੋ ਐਕਸਟਰਾ ਓਕੇ ਅਗਰ ਆਪਾਂ ਇੱਥੇ ਦੇ ਨੈਸ਼ਨਲ ਪਾਰਕ ਦੇਖੀਏ ਇੰਪੋਰਟੈਂਟ ਤਾਂ ਉਹ ਹੋ ਜਾਣਗੇ ਵੰਸਦਾ ਗਿਰ ਨੈਸ਼ਨਲ ਪਾਰਕ ਬਲੈਕਬੱਕ ਨੈਸ਼ਨਲ ਪਾਰਕ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਗੁਜਰਾਤ ਨੂੰ ਤਾਂ ਇੰਡੀਆ ਦਾ ਲਾਰਜੈਸਟ ਹਾਰਟ ਹਸਪੀਟਲ ਇਹ ਕਿੱਥੇ ਬਣਿਆ ਇਹ ਬਣਿਆ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਔਰ ਇੰਡੀਆ ਦਾ ਪਹਿਲਾ ਸੀ ਪਲੇਨ ਇਹ ਵੀ ਕਿੱਥੋਂ ਸਰਵਿਸ ਸਟਾਰਟ ਕੀਤੀ ਗਈ ਹੈ ਅਹਮਦਾਬਾਦ ਤੋਂ ਹੀ ਇੰਡੀਆ ਦੀ ਪਹਿਲਾ ਸੀ ਮਿਊਜ਼ੀਅਮ ਇਹ ਕਿੱਥੇ ਬਣਿਆ ਲੋਥਲ ਦੇ ਵਿੱਚ ਓਕੇ ਜਿਹੜਾ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਾਈਟ ਹੈ ਓਕੇ ਔਰ ਵਰਲਡ ਦਾ ਲਾਰਜੈਸਟ ਕ੍ਰਿਕਟ ਸਟੇਡੀਅਮ ਵੀ ਬਣ ਰਿਹਾ ਗੁਜਰਾਤ ਦੇ ਵਿੱਚ ਹੀ ਔਰ ਵਰਲਡ ਦਾ ਲਾਰਜੈਸਟ ਟॉय ਮਿਊਜ਼ੀਅਮ ਵੀ ਕਿੱਥੇ ਬਣਿਆ ਗੁਜਰਾਤ ਦੇ ਵਿੱਚ ਓਕੇ ਹੁਣ ਆਪਾਂ ਇੱਥੇ ਗੱਲ ਕੀਤੀ ਸੀ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਤਾਂ ਇਹਦੀ ਫਾਰਮੇਸ਼ਨ ਕੀਤੀ ਗਈ 18 ਅਕਤੂਬਰ 2010 ਨੂੰ ਅਗਰ ਇਹਦੇ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਇਹ ਮਿਲੇਗਾ ਨਿਊ ਡਲੀ ਦੇ ਵਿੱਚ ਇਹ ਤਾਂ ਹੈੱਡਕੁਆਟਰ ਹੈ ਪਰ ਇਹਦੇ ਨਾਲ ਨਾਲ ਇਹਦੇ ਚਾਰ ਰੀਜਨਲ ਆਫਿਸਿਜ਼ ਵੀ ਹੈ ਕਿੱਥੇ ਭੋਪਾਲ ਪੁਨੇ ਕਲਕੱਤਾ ਐਂਡ ਚੇਨਈ ਔਰ ਅਗਰ ਆਪਾਂ ਗੱਲ ਕਰੀਏ ਤਾਂ ਇਹਨੂੰ ਹਾਈ ਕੋਰਟ ਦੇ ਬਰਾਬਰ ਦੀ ਮਾਨਤਾ ਮਿਲੀ ਹੋਈ ਹੈ ਓਕੇ 5th ਕੁਐਸਚਨ Who is the new chief secretary of West Bengal? ਆਪਾਂ ਦੱਸਣਾ ਹੈ ਕਿ ਵੈਸਟ ਬੰਗਾਲ ਦੇ ਹਾਲ ਹੀ ਦੇ ਵਿੱਚ ਨਵੇਂ ਕੀ ਚੁਣੇ ਗਏ ਨੇ? ਚੀਫ ਸਕੱਰੇਟਰੀ ਚੁਣੇ ਗਏ ਆ। ਉਹਨਾਂ ਦਾ ਨਾਮ ਕੀ ਹੈ? ਓਕੇ? ਤਾਂ ਇਹ ਰਹਿਣਗੇ ਹਰੀਕ੍ਰਿਸ਼ਨਾ ਦਵੀਵੇਦੀ। ਸਭ ਤੋਂ ਪਹਿਲਾਂ ਆਪਾਂ ਬਾਕੀ ਜੋ ਆਪਸ਼ਨਸ ਆ ਉਹਨਾਂ ਵਾਲੀ ਡਿਸਕਸ ਕਰ ਲਈਏ। ਤਾਂ ਵਿਨੀ ਮਹਾਜਨ ਜੀ ਕੌਣ ਨੇ? ਇਹ ਪੰਜਾਬ ਦੇ ਚੀਫ ਸਕੱਰੇਟਰੀ ਨੇ। 올 ਰਾਈਟ। ਉਹ ਜਿਹੜੇ ਸੁਮੇਸ਼ ਕੁਮਾਰ ਜੀ ਨੇ ਇਹ ਰਹਿਣਗੇ ਤੇਲੰਗਾਨਾ ਦੇ। ਓਕੇ? ਐਂਡ ਆਦਿੱਤਿਆ ਦਾਸ ਜੀ ਇਹ ਕਿੱਥੋਂ ਦੇ ਨੇ? ਇਹ ਹੋ ਜਾਣਗੇ ਆਂਧਰਾ ਪ੍ਰਦੇਸ਼ ਦੇ 올 ਰਾਈਟ ਇਹ ਸਾਰੇ ਦੇ ਸਾਰੇ ਕੀਨੇ ਚੀਫ ਸਕੱਟਰੀ ਨੇ ਓਕੇ ਹੁਣ ਆਪਾਂ ਦੇਖ ਲੈਨੇ ਆ ਵੈਸਟ ਬੰਗਾਲ ਦੇ ਬਾਰੇ ਦੇ ਵਿੱਚ ਕੁਝ ਫੈਕਟਸ ਦੇਖੋ ਵੈਸਟ ਬੰਗਾਲ ਕਿਸ ਸਾਈਡ ਆ ਜਾਏਗਾ ਇੰਡੀਆ ਦੇ ਇਹ ਆ ਜਾਏਗਾ ਈਸਟਰਨ ਵਾਲੀ ਸਾਈਡ ਓਕੇ ਔਰ ਇਹਨੇ ਇੰਟਰਨੈਸ਼ਨਲ ਬਾਰਡਰਸ ਵੀ ਕੁਝ ਸ਼ੇਅਰ ਕੀਤੇ ਹੋਏ ਹੈ ਬੰਗਲਾਦੇਸ਼ ਦੇ ਨਾਲ ਨੇਪਾਲ ਦੇ ਨਾਲ ਔਰ ਭੂਟਾਨ ਦੇ ਨਾਲ ਇਹਨਾਂ ਤਿੰਨਾਂ ਹੀ ਦੇਸ਼ਾਂ ਦੇ ਨਾਲ ਕਿੰਦਾ ਬਾਰਡਰ ਲੱਗੇਗਾ ਵੈਸਟ ਬੰਗਾਲ ਦਾ ਅਗਰ ਇਹਦੇ ਕੈਪੀਟਲ ਦੇਖਿਆ ਤੇ ਰਹੇਗੀ ਕੋਲਕਾਤਾ सीएम ਕੂਨ ਬਣਗੇ ਨੇ ਦੁਬਾਰਾ ਤੋਂ ਇਹ ਬਣ ਗਏ ਮਮਤਾ ਬੇਨਰਜੀ ਜੀ ਹਾਲ ਹੀ ਦੇ ਵਿੱਚ ਔਰ ਗਵਰਨਰ ਰਹਿਣਗੇ ਜਗਦੀਪ ధਨਕਰ ਜੀ ਅਗਰ ਨੈਸ਼ਨਲ ਪਾਰਕ ਦੀ ਗੱਲ ਕਰੀਏ ਤਾਂ ਸੁੰਦਰਬਨ ਨੈਸ਼ਨਲ ਪਾਰਕ ਜਲਦਾਪਾਰਾ ਨੈਸ਼ਨਲ ਪਾਰਕ ਗੋਰੂਮਾਰਾ ਨੈਸ਼ਨਲ ਪਾਰਕ ਔਰ ਬਕਸਾ ਨੈਸ਼ਨਲ ਪਾਰਕ ਇਹ ਸਾਰੇ ਮਿਲਣਗੇ ਵੈਸਟ ਬੰਗਾਲ ਦੇ ਵਿੱਚ ਹੀ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਇੰਡੀਆ ਦਾ ਪਹਿਲਾ ਟਾਇਰ ਪਾਰਕ ਇਹ ਬਣ ਰਿਹਾ ਵੈਸਟ ਬੰਗਾਲ ਦੇ ਵਿੱਚ ਔਰ ਵੈਸਟ ਬੰਗਾਲ ਨੇ ਫਲਾਂ ਦੇ ਉਤਪਾਦਨ ਦੇ ਵਿੱਚ ਆਪਣੇ ਆਪ ਨੂੰ ਕੀ ਵਿੱਚ ਕਿੱਥੇ ਲਿਆਂਦਾ ਪਹਿਲੇ ਸਥਾਨ ਤੇ ਯਾਨੀ ਕਿ ਟੌਪ ਕਿਤੇ ओके ਹਾਂਜੀ ਕੁਐਸਚਨ ਨੰਬਰ 6 ਵਿਚ ਮਿਨਿਸਟਰੀ ਹੈਜ਼ ਅਪਰੂਵਡ ਮਾਡਰਨ ਟੈਨੈਂਸੀ ਐਕਟ ਉਸ ਮਿਨਿਸਟਰੀ ਦਾ ਨਾਮ ਦੱਸੋ ਜਿਨੇ ਹਾਲ ਹੀ ਦੇ ਵਿੱਚ ਕਿਰਾਏਦਾਰਾਂ ਦੇ ਲਈ ਮਾਡਰਨ ਟੈਨੈਂਸੀ ਐਕਟ ਨੂੰ ਲਾਗੂ ਕੀਤਾ ਓਕੇ ਤਾਂ ਇਹ ਹੋ ਜਾਏਗੀ ਆਪਣੀ ਯੂਨੀਅਨ ਕੈਬਨਿਟ 올 ਰਾਈਟ ਯੂਨੀਅਨ ਕੈਬਨਿਟ ਨੇ ਹਾਲ ਹੀ ਦੇ ਵਿੱਚ ਕਿਰਾਏਦਾਰਾਂ ਐਸ ਵੈਲ ਐਸ ਮਕਾਨ ਮਾਲਿਕਾਂ ਇਨਾ ਦੋਨਾਂ ਦੇ ਹੀ ਫੇਵਰ ਦੇ ਲਈ ਇੱਕ ਨਵਾਂ ਐਕਟ ਲੈ ਕੇ ਆਇਆ ਹੈ ਜਿਹਦਾ ਨਾਮ ਰੱਖਿਆ ਗਿਆ ਮਾਡਰਨ ਟੈਂਡੈਂਸੀ ਐਕਟ ਤੁਹਾਨੂੰ ਪਤਾ ਹੈ ਆਪਾਂ ਕੁਝ ਟਾਈਮ ਪਹਿਲਾਂ ਤੱਕ ਦੇਖਦੇ ਰਹੇ ਹਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿਰਾਏਦਾਰ ਕੁਝ ਸਾਲ ਦੇ ਲਈ ਮੰਨ ਲਓ ਕਿਸੇ ਦਾ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗ ਪੈਂਦੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਉਹਨੂੰ ਛੱਡਣ ਤੋਂ ਇਨਕਾਰ ਕਰ ਦਿੰਦੇ ਆ ਤਾਂ ਮਕਾਨ ਮਾਲਿਕ ਚਾਹ ਕੇ ਵੀ ਉਹਨਾਂ ਦੇ ਕੋਲੋਂ ਆਪਣੀ ਜੋ ਜਗ੍ਹਾ ਉਹਨੂੰ ਕੀ ਨਹੀਂ ਕਰਵਾ ਸਕਦਾ ਖਾਲੀ ਨਹੀਂ ਕਰਵਾ ਸਕਦਾ ਰਾਈਟ ਔਰ ਕਈ ਵਾਰੀ ਇਹਦੇ ਕੋਰਟ ਕੇਸ ਦੇ ਵੀ ਚੱਕਰ ਕੱਟਨੇ ਪੈਂਦੇ ਆ ਪਰ ਫਿਰ ਵੀ ਇਹਨਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਦਾ ਇਸ ਦੇ ਨਾਲ ਹੀ ਅਗਰ ਆਪਾਂ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਮੰਨ ਲਓ ਅੱਜ ਇਹਨਾਂ ਨੇ ਤੁਹਾਨੂੰ ਬੋਲ ਦਿੱਤਾ ਕਿ ਜੀ ਕੱਲ ਅੱਡਾ ਕਰੋ ਆਪਣਾ ਸਮਾਨ ਚੁੱਕੋ ਔਰ ਇੱਥੋਂ ਨਿਕਲੋ ਠੀਕ ਹੈ ਤਾਂ ਇਦਾਂ ਦੇ ਵੀ ਆਪਾਂ ਕਾਫੀ ਸਾਰੇ ਕੇਸਿਸ ਦੇਖੇ ਆ ਤਾਂ ਇਹਨਾਂ ਦੋਨਾਂ ਹੀ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਆਪਣੇ ਯੂਨੀਅਨ ਕੈਬਿਨੇਟ ਨੇ ਕੀ ਕੀਤਾ ਹਾਲ ਹੀ ਦੇ ਵਿੱਚ ਇੱਕ ਨਵਾਂ ਐਕਟ ਲੈ ਕੇ ਆਇਆ ਹੈ ਮੋਡਲ ਟੈਨੈਂਸੀ ਐਕਟ ਇਸ ਦੇ ਵਿੱਚ ਕਿਰਾਏਦਾਰ ਔਰ ਮਕਾਨ ਮਾਲਿਕ ਦੋਨਾਂ ਦੇ ਵਿੱਚ ਹੁਣ ਕੀ ਹੋਏਗਾ रिटर्न एग्रीमेंट ਹੋਏਗਾ ਦੇਖੋ ਜਿਹੜੀਆਂ ਤਾਂ ਵੱਡੀਆਂ ਸਿਟੀਜ਼ ਐ ਉੱਥੇ ਅੱਜ ਦੀ ਡੇਟ ਦੇ ਵਿੱਚ ਵੀ ਕਿਰਾਏਦਾਰ ਔਰ ਮਕਾਨ ਮਾਲਿਕਾਂ ਦੇ ਵਿੱਚ ਰਿਟਰਨ ਐਗਰੀਮੈਂਟ ਸਾਈਨ ਹੁੰਦੇ ਆ ਓਕੇ ਪਰ ਅਗਰ ਆਪਾਂ ਗੱਲ ਕਰੀਏ ਛੋਟੇ ਸ਼ਹਿਰਾਂ ਦੀ ਤਾਂ ਉੱਥੇ ਬਸ ਗੱਲਬਾਤ ਦੇ ਨਾਲ ਹੀ ਕਿ ਠੀਕ ਹੈ ਜੀ ਤੁਸੀਂ ਕਿਰਾਇਆ ਦਿਓ ਔਰ ਲਓ ਜੀ ਕੱਲ ਤੋਂ ਤੁਹਾਡਾ ਮਕਾਨ ਹੋ ਗਿਆ ਜੀ ਐਂਦੇ ਤੁਸੀਂ ਕਿਰਾਏ ਤੇ ਰਹਿ ਸਕਦੇ ਹੋ ਰਾਈਟ ਐਦਾਂ ਹੁੰਦਾ ਸੀ ਪਰ ਅੱਜ ਤੋਂ ਬਾਅਦ ਕੀ ਹੋਏਗਾ ਛੋਟੇ ਸ਼ਹਿਰਾਂ ਦੇ ਵਿੱਚ ਵੀ ਰਿਟਰਨ ਐਗਰੀਮੈਂਟ ਕੀਤਾ ਜਾਏਗਾ ਓਕੇ ਔਰ ਇਸ ਦੇ ਨਾਲ ਕੀ ਹੈ ਦੋਨਾਂ ਨੂੰ ਹੀ ਫਾਇਦਾ ਮਿਲੇਗਾ ਦੋਨਾਂ ਦੇ ਲਈ ਹੀ ਇਸ ਕਰਕੇ ਨਿਯਮ ਬਣਾਏ ਗਏ ਹੈ ਅਗਰ ਆਪਾਂ ਗੱਲ ਕਰੀਏ ਅਗਰ ਤੁਸੀਂ ਕਿਸੇ ਘਰ ਨੂੰ ਕਿਰਾਏ ਤੇ ਲੈਣਾ ਹੈ ਤਾਂ ਤੁਹਾਨੂੰ ਕੀ ਕਰਨਾ ਪਏਗਾ 2 ਮੰਥਸ ਦਾ ਯਾਨੀ ਕਿ 2 ਮਹੀਨੇ ਦਾ ਐਡਵਾਂਸ ਕਿਰਾਇਆ ਦੇਣਾ ਪਏਗਾ ਕਿੰਨੂੰ ਮਕਾਨ ਮਾਲਿਕ ਨੂੰ ਓਕੇ ਔਰ ਅਗਰ ਤੁਸੀਂ ਮੰਨ ਲਓ ਕੋਈ ਸ਼ਾਪ ਕਿਰਾਏ ਤੇ ਲੈਣੀ ਹੈ ਕੋਈ ਦੁਕਾਨ ਕਿਰਾਏ ਤੇ ਲੈਣੀ ਹੈ ਤਾਂ ਫਿਰ ਤੁਹਾਨੂੰ ਕਿੰਨੇ ਮਹੀਨੇ ਦਾ ਕਿਰਾਇਆ ਦੇਣਾ ਪਏਗਾ 6 ਮਹੀਨੇ ਦਾ ਕਿਰਾਇਆ ਜੋ ਹੈ ਐਡਵਾਂਸ ਦੇ ਵਿੱਚ ਦੇਣਾ ਪਏਗਾ ਇਸ ਦੇ ਨਾਲ ਫਾਇਦਾ ਜੋ ਹੈ ਉਹ ਕਿਰਾਏਦਾਰ ਨੂੰ ਹੋਏਗਾ ਕਿ ਜੋ ਮਕਾਨ ਮਾਲਿਕ ਹੈ ਉਹ ਤੁਹਾਨੂੰ 2 ਮਹੀਨੇ ਦੇ ਨੋਟਿਸ ਤੋਂ ਪਹਿਲਾਂ ਕੱਢ ਨਹੀਂ ਪਾਏਗਾ ਔਰ ਇੱਥੇ ਅਗਰ ਉਹਨੇ ਸ਼ਾਪ ਖਾਲੀ ਕਰवानी ਹੈ ਤਾਂ 6 ਮਹੀਨੇ ਦੇ ਨੋਟਿਸ ਤੋਂ ਪਹਿਲਾਂ ਤੁਹਾਨੂੰ ਬਾਹਰ ਨਹੀਂ ਕੱਢ ਪਾਏਗਾ ਠੀਕ ਹੈ ਅਗਰ ਆਪਾਂ ਗੱਲ ਕਰਦੇ ਹਾਂ ਕਿ ਜੋ ਭੂਮੀ ਰਾਜ ਹੈ ਇਹ ਆਪਣੇ ਕਿਹੜੇ ਮਤਲਬ ਆਂਦੇ ਚ ਲਿਸਟ ਵਿੱਚ ਆਉਂਦਾ ਹੈ ਤਾਂ ਇਹ ਆਏਗਾ ਰਾਜ ਦੀ ਸੂਚੀ ਦੇ ਵਿੱਚ ਓਕੇ ਦੇਖੋ ਤਿੰਨ ਤਰ੍ਹਾਂ ਦੀਆਂ ਸੂਚੀਆਂ ਹੁੰਦੀਆਂ ਹਨ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਪਹਿਲੀ ਸੂਚੀ ਆਪਾਂ ਗੱਲ ਕਰਦੇ ਹਾਂ ਇਹ ਹੋ ਜੇਗੀ ਜੀ ਰਾਜ ਸੂਚੀ ਠੀਕ ਹੈ ਐਦੇ ਵਿੱਚ ਉਹ ਵਾਲੇ ਸਾਰੇ ਦੇ ਸਾਰੇ ਪਾਲਿਸੀਜ਼ ਔਰ ਰੂਲਸ ਆਉਂਦੇ ਆ ਜਿਨ੍ਹਾਂ ਨੂੰ ਕੋਲ ਬਣਾਏਗੀ ਕੋਈ ਵੀ ਰਾਜ ਸਰਕਾਰ ਸਟੇਟ ਬਣਾਏਗੀ ਓਕੇ ਔਰ ਅਗਰ ਆਪਾਂ ਗੱਲ ਕਰਦੇ ਹਾਂ ਦੂਸਰੀ ਸੂਚੀ ਦੀ ਤਾਂ ਉਹ ਹੋ ਜਾਂਦੀ ਆਪਣੀ ਸੰਘ ਸੂਚੀ ਠੀਕ ਹੈ ਇਹਦਾ ਮਤਲਬ ਹੈ ਇਹਦੇ ਬਾਰੇ ਰੂਲ ਕੋਲ ਬਣਾਏਗਾ ਇਹ ਬਣਾਏਗੀ ਆਪਣੀ ਸੈਂਟਰ ਗਵਰਨਮੈਂਟ ਔਰ ਇੱਕ ਹੁੰਦੀ ਹੈ ਨਦੀ ਸਮਵਰਤੀ ਸੂਚੀ ਯਾਨੀ ਕਿ ਜਿਹਦੇ ਵਿੱਚ ਜੋ ਰੂਲ ਬਣਾਏ ਜਾਣਗੇ ਉਹ ਰਾਜ ਸਰਕਾਰ ਔਰ ਸੰਘ ਸਰਕਾਰ ਇਹ ਦੋਨੋਂ ਹੀ ਮਿਲ ਕੇ ਬਣਾਣਗੀਆਂ ਐਨੂੰ ਬੋਲਦੇ ਸਮਵਰਤੀ ਸੂਚੀ ਔਰ ਅਗਰ ਆਪਾਂ ਗੱਲ ਕਰਦੇ ਹਾਂ ਭੂਮੀ ਰਾਜ ਦੀ ਤਾਂ ਇਹ ਕਿੱਥੋਂ ਦੀ ਹੈ ਇਹ ਹੈ ਰਾਜ ਸਰਕਾਰ ਦੀ ਸੂਚੀ ਦੇ ਵਿੱਚ ਆਂਦਾ ਹੈ ਹੁਣ ਇਹ ਵਾਲਾ ਮਾਡਲ ਸਰਕਾਰ ਨੇ ਦੇਤਾ ਦਿੱਤਾ ਸੈਂਟਰ ਗਵਰਨਮੈਂਟ ਨੇ ਬਟ ਹੁਣ ਇਹ ਡਿਪੈਂਡ ਕਰਦਾ ਹੈ ਕਿ ਸਟੇਟਸ ਇਹਨੂੰ ਲਾਗੂ ਕਰਦੀਆਂ ਜਾਂ ਨਹੀਂ ਕਰਦੀਆਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਇਹ ਹੈ ਇਹ ਕਿਹਦੇ ਅੰਡਰ ਆਏਗਾ ਰਾਜ ਸਰਕਾਰ ਦੀ ਸੂਚੀ ਦੇ ਅੰਡਰ ਹੀ ਆਏਗਾ ਓਕੇ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਵਨ ਦਾ ਇੰਟਰਨੈਸ਼ਨਲ ਬੁਕਰ ਪ੍ਰਾਈਸ ਫੋਰ ਫਿਕਸ਼ਨ 2021 ਵੈਰੀ ਇੰਪੋਰਟੈਂਟ ਕੁਐਸਚਨ ਓਕੇ ਆਪਾਂ ਦੱਸਣਾ ਹੈ ਕੀ 2021 ਦਾ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਇਹ ਕਿਸ ਨੇ ਜਿੱਤਿਆ ਓਕੇ ਤਾਂ ਇਹਨਾਂ ਦਾ ਨਾਮ ਹੋ ਜਾਏਗਾ ਡੇਵਿਡ ਡਾਇਓ ਅਗਰ ਗੱਲ ਕਰੀਏ ਕਿ ਇਹ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੇ ਆ ਤਾਂ ਇਹ ਬਿਲੋਂਗ ਕਰਦੇ ਆ ਫਰਾਂਸ ਨੂੰ ਓਕੇ ਤੇ ਇਹ ਪਹਿਲੇ ਫਰਾਂਸ ਦੇ ਲੇਖਕ ਹੋਣਗੇ ਜਿਹੜੇ ਕੀ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਨੂੰ ਜਿੱਤਣ ਵਾਲੇ ਪਰਸਨ ਬਣੇ ਆ ਓਕੇ ਇਹਨਾਂ ਨੂੰ ਕਿਸ ਲਿਖਤ ਦੇ ਲਈ ਪੁਰਸਕਾਰ ਮਿਲਿਆ ਤਾਂ ਇਹਨਾਂ ਦੀ ਬੁੱਕ ਦਾ ਨਾਮ ਹੈ ਐਟ ਨਾਈਟ all blood is black okay ਇਸ ਲਿਖਤ ਦੇ ਲਈ ਇਸ ਪੁਸਤਕ ਦੇ ਲਈ ਇਹਨਾਂ ਨੂੰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਮਿਲਿਆ 2021 ਦਾ ਔਰ ਇਹ ਲਿਖਤ ਹੈ ਕਿਸ ਬਾਰੇ ਇਸ ਦੇ ਵਿੱਚ ਫਰਸਟ ਵਰਲਡ ਵਾਰ ਦੇ ਦੌਰਾਨ ਜੋ ਫਰਾਂਸ ਦੇ ਲਈ ਲੜਨ ਵਾਲੇ ਸੈਨਿਕ ਆ ਨਾ ਉਹਨਾਂ ਦੇ ਬਾਰੇ ਵਿੱਚ ਕਹਾਣੀ ਦਰਸਾਈ ਗਈ ਹੈ ਓਕੇ ਔਰ ਦੇਖੋ ਹੁਣ ਆਪਾਂ ਗੱਲ ਕਰਦੇ ਆ ਕਿ ਜੋ ਬੁਕਰ ਪ੍ਰਾਈਜ਼ ਔਰ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਰਾਈਟ ਤੈਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਦੇਖੋ ਜੋ ਹੁੰਦਾ ਬੁਕਰ ਪ੍ਰਾਈਜ਼ ਇਹ ਹੁੰਦਾ ਲਿਟਰੇਚਰ ਇਨ ਇੰਗਲਿਸ਼ ਇੰਗਲਿਸ਼ ਦੇ ਵਿੱਚ ਕੋਈ ਵੀ ਲਿਟਰੇਚਰ ਲਿਖਿਆ ਜਾਏਗਾ ਔਰ ਉਹਨੂੰ ਪਬਲਿਸ਼ ਕੀਤਾ ਜਾਏਗਾ ਯੂਕੇ ਜਾਂ ਫਿਰ ਆਇਰਲੈਂਡ ਦੇ ਵਿੱਚ ਠੀਕ ਹੈ ਤਾਂ ਇਹਨਾਂ ਨੂੰ ਮਿਲਦਾ ਆ ਓਨਲੀ ਬੁਕਰ ਪ੍ਰਾਈਜ਼ ਅਗਰ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਜਿਸ ਦੇ ਬਾਰੇ ਦੇ ਵਿੱਚ ਕੀ ਇਹ ਕੁਐਸਚਨ ਵੀ ਸੀ ਇਹ ਮਿਲਦਾ ਹੈ ਲਿਟਰੇਚਰ ਟਰਾਂਸਲੇਸ਼ਨ ਇਨ ਇੰਗਲਿਸ਼ ਯਾਨੀ ਕਿ ਕਿਸੇ ਹੋਰ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਹੋਵੇ ਬਾਅਦ ਵਿੱਚ ਉਹਨੂੰ ਇੰਗਲਿਸ਼ ਦੇ ਵਿੱਚ ਕੀ ਕਰ ਦਿੱਤਾ ਹੋਏ ਟਰਾਂਸਲੇਸ਼ਨ ਕਰ ਦਿੱਤਾ ਹੋਏ ਠੀਕ ਹੈ ਤਾਂ ਇਸ ਨੂੰ ਮਿਲਦਾ ਹੈ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਅਗਰ ਆਪ ਇਹਦੇ ਬਾਰੇ ਕੁਝ ਫੈਕਟਸ ਦੇਖੀਏ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਦੇ ਤਾਂ ਇਹਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹ ਹੈ ਮੈਨ ਬੁੱਕਰ ਇੰਟਰਨੈਸ਼ਨਲ ਪ੍ਰਾਈਜ਼ ਪਰ ਅੱਜ ਕੱਲ ਇਹ ਵਾਲਾ ਨਾਮ ਜੋ ਹੈ ਇਹ ਜ਼ਿਆਦਾ ਫੇਮਸ ਹੈ ਓਕੇ ਔਰ ਇਹਨੂੰ ਇਹ ਦਿੱਤਾ ਕਿਸ ਲਈ ਜਾਂਦਾ ਹੈ ਕਿ ਬੈਸਟ ਬੁੱਕ ਦਿੱਤੀ ਹੋਵੇ ਇੰਗਲਿਸ਼ ਦੀ ਟਰਾਂਸਲੇਸ਼ਨ ਦੇ ਵਿੱਚ ਓਕੇ ਔਰ ਇਹਨੂੰ ਹੋਸਟ ਕੀਤਾ ਜਾਂਦਾ ਹੈ ਯੂਕੇ ਵੱਲੋਂ ਅਗਰ ਆਪਾਂ ਗੱਲ ਕਰਦੇ ਹਾਂ ਪਹਿਲੀ ਵਾਰੀ ਇਹ ਕਦੋਂ ਮਿਲਿਆ ਸੀ ਤਾਂ ਇਹ ਦਿੱਤਾ ਗਿਆ ਸੀ 2005 ਦੇ ਵਿੱਚ 올 ਰਾਈਟ ਉਹ ਰੰਦੇ ਵਿੱਚ ਜੋ ਬੁਕਸ ਨੇ ਉਹ ਕਿਹੜੀ ਕਿਹੜੀ ਕੰਟਰੀ ਵਿੱਚ ਪਬਲਿਸ਼ ਹੋਈਆਂ ਹੋਣੀਆਂ ਚਾਹੀਦੀਆਂ ਯੂਕੇ ਐਂਡ ਆਇਰਲੈਂਡ ਓਕੇ ਉਹ ਰੰਦੇ ਅਗਰ ਆਪਾਂ ਪ੍ਰਾਈਸ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਮਿਲਦੇ ਹੈ 50000 ਪਾਉਂਡ ਜੋ ਕਿ ਸ਼ੇਅਰ ਕੀਤੇ ਜਾਂਦੇ ਹੈ ਆਥਰ ਯਾਨੀ ਕਿ ਲਿਖਦਾ ਹੈ ਉਹ ਔਰ ਟਰਾਂਸਲੇਟਰ ਜਿੰਨੇ ਕੀ ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਹੁੰਦਾ ਹੈ ਉਹ ਦੋਨੋਂ ਪਰਸਨ ਦੇ ਵਿੱਚ ਅੱਧਾ-ਅੱਧਾ ਵੰਡ ਦਿੱਤਾ ਜਾਂਦਾ ਹੈ 올 ਰਾਈਟ 50000 ਪਾਉਂਡਸ ਕਵੈਸਚਨ ਨੰਬਰ 8 ਵਿਚ ਯੂਟੀ ਹੈਜ਼ ਇੰਟਰੋਡਿਊਸਡ ਯੋਨ ਟੈਬ ਸਕੀਮ 2021 ਆਪਾਂ ਦੱਸਣਾ ਹੈ ਕਿ ਸ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਹਾਲ ਹੀ ਦੇ ਵਿੱਚ ਯੋਨ ਟੈਬ ਨਾਮ ਦੀ ਇੱਕ ਸਕੀਮ ਨੂੰ ਲਾਂਚ ਕੀਤਾ ਓਕੇ ਤਾਂ ਇਹ ਹੋ ਜਾਏਗੀ ਕਿਹੜੀ ਯੂਟੀ ਲੱਦਾ ਇਸ ਦਿਨ ਕੀ ਹੋਇਆ 12300 ਟੈਬਲੇਟਸ ਜੋ ਹੈ ਉਹ ਵੰਡੇ ਗਏ ਹੈ ਸਟੂਡੈਂਟਸ ਨੂੰ ਕਿਹੜੀ ਕਲਾਸ ਤੋਂ ਲੈ ਕੇ 6th ਕਲਾਸ ਤੋਂ ਲੈ ਕੇ ਔਰ 12th ਕਲਾਸ ਦੇ ਸਟੂਡੈਂਟਸ ਨੂੰ تاکی وہ اپنی جو آن لائن سٹڈی ہے انوں جاری رکھ سکن کیونکہ ਤੁਹਾਨੂੰ ਪਤਾ ਹੈ ਕੋਵਿਡ ਦੇ ਦੌਰਾਨ ਜੋ ਆਫਲਾਈਨ سٹڈی ਹੈ ਸਕੂਲ ਹੈ ਉਹ ਸਾਰੇ ਬੰਦ ਪਏ ਆ ਇਸ ਕਰਕੇ ਸਾਰੀਆਂ ਹੀ ਥਾਵਾਂ ਤੇ ਕਿਹੜੀ سٹڈی ਕਰਵਾਈ ਜਾ ਰਹੀ ਹੈ آن لائن سٹڈی ওকে اور اسے نو ہی پروموٹ ਕਰਨ ਦੇ ਲਈ 12300 ਟੈਬ ਵੰਡੇ ਗਏ ਕਿੱਥੇ ਲਦਾਖ ਦੇ ਵਿੱਚ 올 ਰਾਈਟ ਅਗਰ ਆਪਾਂ ਗੱਲ ਕਰਦੇ ਹਾਂ ਲਦਾਖ ਦੇ ਕੁਝ ਫੈਕਟਸ ਦੀ ਲਦਾਖ ਬਾਰੇ ਕੈਪੀਟਲ ਰਹੇਗੀ ਲੇਕ اور ਇਸ ਦੇ ਵਿੱਚ ਕਿੰਨੇ ਡਿਸਟ੍ਰਿਕਟ ਆ ਜਾਂਦੇ ਆ 2 ਠੀਕ ਹੈ ਕਾਗਿਲ ਐਂਡ ਲਦਾਖ ਅਗਰ ਆਪਾਂ ਇੱਥੇ ਦੀ ਲੁਟੀਨੈਂਟ ਜਨਰਲ ਦੀ ਗੱਲ ਕਰੀਏ ਤਾਂ ਉਹ ਹੋ ਜਾਣਗੇ ਰਾਧਾ ਕ੍ਰਿਸ਼ਨ ਮਾਥੁਰ ਜੀ ਔਰ ਇਹ ਕਦੋਂ ਯੂਟੀ ਬਣਿਆ ਇਹ ਬਣਿਆ 31 ਅਕਤੂਬਰ 2019 ਨੂੰ ਕਿ ਇੱਥੇ ਦੀ ਖੁਦ ਦੀ ਹਾਈ ਕੋਰਟ ਹੈ ਆਪਣੀ ਲਦਾਖ ਦੀ ਬਿਲਕੁਲ ਵੀ ਨਹੀਂ ਇੱਥੇ ਕਿਹੜੀ ਹਾਈ ਕੋਰਟ ਨੂੰ ਯੂਜ਼ ਕੀਤਾ ਜਾਏਗਾ ਕੇਸਿਸ ਦੇ ਲਈ ਜੇ ਐਂਡ ਕੇ ਹਾਈ ਕੋਰਟ ਨੂੰ ਓਕੇ ਅਗਰ ਆਪਾਂ ਕਰੰਟ ਦੇ ਨਾਲ ਰਿਲੇਟ ਕਰਦੇ ਆ ਤਾਂ ਜਿਹੜੀ 42ਵੀਂ ਰਾਮਸਰ ਸਾਈਟ ਬਣੀ ਹੈ ਇੰਡੀਆ ਦੀ ਜੋ ਕਿ ਹੈ 100 ਕਰ ਵੈਟਲੈਂਡ ਠੀਕ ਹੈ ਔਰ ਇਹ ਰਿਵਰ ਵੀ ਕਿੱਥੇ ਮਿਲੇਗੀ ਇਹ ਮਿਲੇਗੀ ਲਦਾਖ ਦੇ ਵਿੱਚ ਹੀ ਆਲਰਾਈਟ ਹਾਂਜੀ ਨੈਕਸਟ ਕੁਐਸਚਨ ਰੀਸੈਂਟਲੀ ਸੈਂਟਰ ਗਵਰਨਮੈਂਟ ਹੈਜ਼ ਇਨਕਰੀਜ਼ਡ ਦਾ ਵੈਲਿਡਿਟੀ ਆਫ ਟੈਕ ਸਰਟੀਫਿਕੇਟ ਫॉर ਹਾਊ ਮਚ ਟਾਈਮ ਆਪਾਂ ਇਹਦੇ ਵਿੱਚ ਦੱਸਣਾ ਹੈ ਕਿ ਜੋ ਆਪਣੀ ਸੈਂਟਰ ਗਵਰਨਮੈਂਟ ਹੈ ਕੇਂਦਰ ਸਰਕਾਰ ਹੈ ਉਸਨੇ ਹਾਲ ਹੀ ਦੇ ਵਿੱਚ ਟੈਟ ਨਾਮ ਦਾ ਜੋ ਸਰਟੀਫਿਕੇਟ ਹੈ ਉਹਦੀ ਵੈਲਿਡਿਟੀ ਕਿੰਨੇ ਟਾਈਮ ਦੇ ਲਈ ਵਧਾ ਦਿੱਤੀ ਹੈ ਠੀਕ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਇਹ ਕਿੰਨੇ ਟਾਈਮ ਦੇ ਲਈ ਹੁੰਦਾ ਸੀ ਇਹਦੀ ਵੈਲਿਡਿਟੀ ਹੁੰਦੀ ਸੀ 7 ਸਾਲ ਦੇ ਲਈ ਕੋਈ ਵੀ ਪਰਸਨ ਜਦੋਂ ਟੈਟ ਨੂੰ ਕਲੀਅਰ ਕਰ ਲੈਂਦਾ ਸੀ ਤਾਂ ਉਸ ਤੋਂ ਬਾਅਦ 7 ਸਾਲ ਤੱਕ ਅਗਰ ਉਸ ਟਾਈਮ ਦੇ ਵਿੱਚ ਜੌਬਸ ਨਿਕਲਦੀਆਂ ਤਾਂ ਫਿਰ ਉਹਨੂੰ ਇਹ ਐਲੀਜੀਬਲ ਮੰਨੇ ਸੀ ਔਰ ਉਹਨੂੰ ਜੌਬ ਟੀਚਰਿੰਗ ਲਾਈਨ ਦੇ ਵਿੱਚ ਮਿਲ ਜਾਂਦੀ ਸੀ ਓਕੇ ਪਰ ਹੁਣ ਇਹਦੀ ਜੋ ਵੈਲਿਡਿਟੀ ਕਰ ਦਿੱਤੀ ਗਈ ਹੈ ਇਹ ਕਰ ਦਿੱਤੀ ਗਈ ਹੈ ਲਾਈਫਟਾਈਮ ਲਈ 올 ਰਾਈਟ ਹਾਂਜੀ ਤਾਂ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ 7 ਜੂਨ 2021 ਦੇ ਜੋ ਕਰੰਟ ਅਫੇਅਰ ਹੈ ਉਹ ਓਵਰ ਹੁੰਦੇ ਆ ਐਂਡ ਆਈ ਹੋਪ ਕਿ ਤੁਹਾਨੂੰ ਸੈਸ਼ਨ ਅੱਛਾ ਲੱਗਿਆ ਹੋਵੇਗਾ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਓਕੇ ਐਂਡ ਤਾਂ ਫਿਰ ਮਿਲਦੇ ਆ ਕੱਲ ਦੇ ਸੈਸ਼ਨ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ